ਰਾਤ ਵੀ ਰੋਂਦੀ ਲੱਗਦੀ ਆ ਰੋਜ਼ ਬਿਮਾਰ ਹੋ ਜਾਂਦੀ ਆ ਖਾਂਦੀ ਕਿਹੜਾ ਘੱਟ ਵਾ ਸਮੋਸੇ ਨਹੀਂ ਛੱਡਦੀ ਬਰਗਰ ਨਹੀਂ ਛੱਡਦੀ ਤਰ੍ਹਾਂ ਤਰ੍ਹਾਂ ਚੀਜ਼ਾਂ ਖਾ ਕੇ ਬਾਅਦ ਹੋ ਜਾਂਦੀ ਬਿਮਾਰ ਚਲੋ ਕੋਈ ਗੱਲ ਨਹੀਂ ਜਾ ਕੇ ਇਹਨੂੰ ਪੁੱਛ ਲੈਂਦੀ ਆ ਇਹਦੇ ਢੱਡ 'ਚ ਕੀ ਖੜੂਚਾ ਵਾ ਗਿਆ ਆ ਹਾਏ ਮਰ ਗਈ ਪਾਪੀ ਹਾਂ ਕੀ ਹੋਇਆ ਤੈਨੂੰ ਇਹਨੇ ਕਸਵੇਰ ਦੀ ਕਿੱਥੇ ਗਈ ਸੀ ਤੂੰ ਮੇਰੀ ਛੱਡ ਮੈਂ ਜਿੱਥੋਂ ਮਰ ਜਾਵਾਂ ਮੈਂ ਤਾਂ ਘੁੰਮਦੀ ਰਹਿੰਦੀ ਬਥੇਰੇ ਥਾਂ ਤੇ ਤੂੰ ਦੱਸ ਤੈਨੂੰ ਕੀ ਹੋਇਆ ਮੇਰੇ ਦਰਦ ਬਹੁਤ ਹੁੰਦੀ ਕੋ ਡਾਕਟਰ ਨੂੰ ਲੈ ਜਾ ਕੇ ਪਾਪੀ ਮੇਰੀ ਗੱਲ ਸੁਣ ਜਿਹੜਾ ਕਾਲੂ ਛੋਟਾ ਮੁੰਡਾ ਆਪਣਾ ਘਰ ਦੇ ਵੈਸੇ ਹੀ ਤੂੰ ਇਹਨੂੰ ਭੇਜ ਦਿੰਦੀ ਡਾਕਟਰ ਲੈਣ ਮੈਂ ਵੀ ਸੇ ਮੈਂ ਆਪਣੇ ਭੇਜ ਦੇ ਗਿਆ ਮਾਰੀ ਮੈਂ ਹੱਸਦਾ ਕਿੱਦਾਂ ਕਾਲੂ ਆਪਣੀ ਮਾਂ ਦੀ ਹਾਲਤ ਦੇਖ ਕੇ ਬਿਮਾਰੀ ਮੈਂ ਦੰਦੇ ਇਦਾਂ ਕੱਢੇ ਵਾ ਜਿੱਦਾਂ ਬਰਾਂਡੇ 'ਚ ਕਿਸੇ ਨੇ ਕੀਲੇ ਕੱਢੇ ਹੋਣ ਹੱਸਦਾ ਇੱਦਾਂ ਜਦੋਂ ਕਾਲ ਕਰਦੀ ਮਸ਼ਹੂਰੀ ਦਿੰਦਾ ਹੋਵੇ ਭਾਬੀ ਜਰਾ ਠਹਿਰ ਮੈਂ ਡਾਕਟਰ ਸੱਦ ਕੇ ਲੈ ਕੇ ਆਉਣੀ ਆ ਛੇਤੀ ਆ ਜੀ ਇੱਧਰ ਪੁੱਛਦੀ ਆ ਮੈਂ ਮੁੰਡਿਓ ਇੱਧਰ ਕਿਤੇ ਡਾਕਟਰ ਹੈਗਾ ਆ ਆਏ ਰੱਬਾ ਇੱਧਰ ਕਹਿੰਦੇ ਸਾਰੇ ਡਾਕਟਰ ਆ ਸੀ ਨੀ ਭੈਣੋ ਇੱਧਰ ਡਾਕਟਰ ਹੈਗਾ ਕਿਤੇ ਆਏ ਹਾਏ ਆ ਤਾਂ ਸ਼ਿੰਦੋ ਵੀ ਆਈ ਹੋ ਐਨ ਕਾ ਲਾ ਕੇ ਇੱਧਰ ਜਾਨੀ ਆ ਪੁੱਛਦੀ ਇੱਧਰੋਂ ਮੈਂ ਕਿਹਾ ਭਾਈ ਸਾਹਿਬ ਹਾਂਜੀ ਭਾਈ ਸਾਹਿਬ ਤੁਸੀਂ ਡਾਕਟਰ ਵਾ ਨਾ ਹੋ ਤਾਂ ਡੰਗਰ ਦੇਖਦਾ ਆ ਇੱਧਰ ਆ ਜੇ ਤੂੰ ਡਾਕਟਰ ਵਾ ਤਾਂ ਫਿਰ ਭਾਈ ਸਾਹਿਬ ਮੇਰੀ ਭਰਜਾਈ ਬਹੁਤ ਜ਼ਿਆਦਾ ਹੋ ਗਈ ਬਿਮਾਰ ਅੱਛਾ ਤੁਸੀਂ ਮੇਰੇ ਨਾਲ ਚੱਲੋ ਮੇਰੀ ਭਰਜਾਈ ਨੂੰ ਜਾ ਕੇ ਠੀਕ ਕਰ ਦਿਓ ਇਹ ਗੱਲ ਸੋ ਰਾਤ ਦਾ ਸਮਾਂ ਮੈਂ ਪ੍ਰਾਈ ਜਨਾਨੀ ਨਾਲ ਨਹੀਂ ਜਾ ਸਕਦਾ ਡਾਕਟਰ ਸਾਹਿਬ ਜੀ ਤੁਹਾਨੂੰ ਮੇਰੇ ਨਾਲ ਜਾਣਾ ਪੈਣਾ ਆ ਮੈਂ ਤੁਹਾਡੇ ਅੱਗੇ ਹੱਥ ਜੋੜਦੀ ਆ ਤੁਹਾਡੇ ਪਾਥੀ ਵਰਗੇ ਪੈਰਾਂ ਨੂੰ ਹੱਥ ਲਾਉਣੀ ਮੇਰੇ ਨਾਲ ਚੱਲੋ ਨਾ ਹੁਣ ਜਾਣਾ ਹੀ ਪਊਗਾ ਫਿਰ ਤੁਹਾਨੂੰ ਮੇਰੇ ਨਾਲ ਜਾਣਾ ਹੀ ਪੈਣਾ ਆ ਇਹ ਚੱਲ ਛੱਡ ਮੈਂ ਤਾਂ ਦੱਸ ਤੂੰ ਆਈ ਕਾਹਦੇ ਪਰ ਮੈਂ ਕਾਹਤੇ ਹੋਣਾ ਮੈਂ ਤੁਰ ਕੇ ਆਈ ਆ ਪੁੱਛ-ਪੁੱਛ ਕੇ ਆਈ ਆ ਪੁੱਛ-ਪੁੱਛ ਕੇ ਆਈ ਆ ਆਹੋ ਇਹ ਗੱਲ ਸੁਣ ਸਾਧਨ ਤਾਂ ਮੇਰੇ ਕੋਲ ਵੀ ਹੈ ਨਹੀਂ ਕੋਈ ਸਾਧਨ ਕਰ ਲੈ ਸਾਧਨ ਤੇ ਚੱਲ ਗਿਆ ਆਪਾਂ ਇਹ ਗੱਲ ਸੁਣ ਜਿਹੜਾ ਸਾਧਨ ਮੇਰਾ ਮੋਟਰਸਾਈਕਲ ਤੇ ਨਾ ਆਹੋ ਉਹ ਹੋਇਆ ਪਿਆ ਖਰਾਬ ਅੱਛਾ ਉਹ ਖੜਾ ਮਕੈਨਿਕ ਦੇ ਅੱਛਾ ਇੱਕ ਬਾਪੂ ਨੂੰ ਮਿਲਿਆ ਸੀ ਅੱਜ ਤੋਂ 85 ਸਾਲ ਪਹਿਲਾਂ ਦਾਜ ਵਿੱਚ ਵੇ ਉਹੀ ਸਟਾਰਟ ਕਰਕੇ ਦੇਖ ਲੈ ਸ਼ਾਇਦ ਹੋ ਜਵੇ ਮੈਨੂੰ ਲੱਗਦਾ ਨਹੀਂ ਪੁਰਾਣਾ ਹੋ ਗਿਆ ਬਹੁਤ ਜ਼ਿਆਦਾ ਸਟਾਰਟ ਤਾਂ ਕਰ ਤੂੰ ਇੱਕ ਵਾਰ ਕਰਕੇ ਦੇਖਾਂ ਕਰ ਲੈ ਇਹ ਲੈ ਹੁਣ ਕਰਕੇ ਦੇਖ ਲਾਂਗੇ ਮੇਰਾ ਆ ਮੋਰੇ ਕੀ ਹੋ ਗਿਆ ਹੈਲੋ ਬਾਜੀ ਰਸ਼ ਨਾ ਪਾਓ ਤੁਸੀਂ ਇੱਥੇ ਇਹ ਤਾਂ ਪਾਣੀ ਕਹਦਾ ਇਹ ਲੱਗਦਾ ਤੇ ਨਲਕਾ ਹੀ ਲਾਉਣ ਲੱਗ ਪਿਆ ਤਾਂ ਨਾਲ ਚ ਘੁੰਮੀ ਜਾਂਦੇ ਆ ਕਰਾਂ ਸਟਾਰਟ ਫਿਰ ਮੈਂ ਕਰ ਲਾ ਸਟਾਰਟ ਇਹ ਆ ਲੈ ਇਹ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਮੈਂ ਬੰਦ ਹੋ ਹੀ ਜਾਂਦਾ ਆ ਇਹਨੂੰ ਸਾਲ ਤੋਂ ਕਿਆ ਹੋ ਗਿਆ ਮੈਂ ਦੁਬਾਰਾ ਫੇਰ ਸਟਾਰਟ ਕਰ ਇਹ ਮੈਂ ਸਮਝ ਗਿਆ ਕਿਆ ਹੋਇਆ ਹਾਂ ਇਹ ਜਗ੍ਹਾ ਹੀ ਠੀਕ ਨਹੀਂ ਹੈਗੀ ਤੇ ਹੋਰ ਜਗ੍ਹਾ ਬਦਲ ਲਾ ਇੱਧਰ ਕਰਕੇ ਦੇਖ ਲੈਂਦਾ ਜਿੱਦਾਂ ਮਰਜ਼ੀ ਕਰ ਲੈ ਸਟਾਰਟ ਕਰ ਦੇ ਇੱਕ ਵਾਰ ਕਰਦਾ ਵਾ ਮੈਂ ਬਹੁਤ ਜ਼ਿਆਦਾ ਅੱਜ ਬਹੁਤ ਦੁਖੀ ਹੋਈ ਨੂੰ ਆ ਦੁਖੀ ਹੋ ਵੀ ਕੋਈ ਗੱਲ ਨਹੀਂ ਮੈਂ ਸਟਾਰਟ ਕਰ ਲੈਂਦਾ ਇਹ ਹੋ ਗਿਆ ਇਹ ਹੋ ਗਿਆ ਹੋ ਗਿਆ ਹੋ ਗਿਆ ਇਹ ਫੇਰ ਬੰਦ ਹੋਈ ਜਾਂਦਾ ਆ ਇਹ ਸਾਨੂੰ ਕਿਆ ਹੋਇਆ ਹੁਣ ਇਹਨੂੰ ਬਿਮਾਰੀ ਮੈਂ ਇਹ ਬੰਦ ਕਿਉਂ ਹੋਈ ਜਾਂਦਾ ਆ मेरी गल सुन इधर आके स्टार्ट कर ला फिर तू इत करो कर ला ਬਿਮਾਰੀ ਪੈਣੀ ਆ ਮੈਂ ਕਾਤੇ ਵਿਆਹ ਚ ਵਜਨ ਮੋਟਰਸਾਈਕਲ ਤੈਨੂੰ ਘੁਮਾਈ ਕਿੱਧਰ ਨੂੰ ਮੈਂ ਕਾਤੇ ਵਿਆਹ ਚ ਮਾਂ ਮੈਂ ਤੇਰੇ ਮੋਟਰਸਾਈਕਲ ਦੇ ਪਿੱਛੇ ਕੈਰੀਅਰ ਹੈ ਨਹੀਂਗਾ ਮੈਂ ਤੇਰੇ ਕੈਰੀਅਰ ਨੂੰ ਸਾਰੀਆਂ ਤੇੜਾਂ ਆਈਆਂ ਪਈਆਂ ਮੈਂ ਕਿੱਥੇ ਵਿਆਹ ਚ ਮਾਂ ਨਾ ਸੱਚੀ ਕੈਰੀਅਰ ਹੈ ਨਹੀਂ ਹੈ ਨਹੀਂ ਕੋ ਕੈਰੀਅਰ ਇਹ ਗੱਲ ਸੁਣ ਤਾਂ ਗੱਲ ਸੱਚੀ ਆ ਹਾਂ ਕੈਰੀਅਰ ਤਾਂ ਮਗਰ ਹੈ ਨਹੀਂ ਅੱਛਾ ਹੁਣ ਜਾਣਾ ਤਾਂ ਪੈਣਾ ਹੀ ਆ ਜਾਣਾ ਪੈਣਾ ਹੀ ਆ ਫੇ ਮੋਰੇ ਡੰਡੇ ਤੇ ਬਹਿ ਜਾ ਬਿਮਾਰੀ ਪੈਣੀਆ ਮੈਂ ਮੋਰੇ ਡੰਡੇ ਤੇ ਕਿੱਦਾਂ ਬਹਿ ਜਾਵਾਂ ਤੇਰੇ ਮੋਟਰਸਾਈਕਲ ਤੇ ਮੋਰੇ ਡੰਡਾ ਵੀ ਹੈ ਨਹੀਂਗਾ ਡੰਡਾ ਵੀ ਹੈ ਨਹੀਂ ਹੈ ਨਹੀਂਗਾ ਇਹ ਤਾਂ ਮੋਟਰਸਾਈਕਲ ਲੇਡੀ ਆ ਹਾਂ ਇਹ ਪਤਾ ਕੀ ਗੱਲ ਸਾਡਾ ਬਾਪੂ ਸੀਗਾ ਨਾ ਮੰਦਰਾ ਜਾ ਥੋੜਾ ਜਿਹਾ ਅੱਛਾ ਉਹਦੇ ਉੱਪਰ ਲੱਤ ਨਹੀਂ ਘੁੰਮਦੀ ਸੀਗੀ ਹਾਂ ਆਪਾਂ ਨੂੰ ਲੇਡੀ ਦੇ ਲੈਤਾ ਬਿਮਾਰੀ ਪੈਣੀ ਤੇਰਾ ਬੋੜਾ ਜਨਾਨਾ ਜਨਾਨੇ ਮੋਟਰਸਾਈਕਲ ਚੱਕੀ ਫਿਰਦਾ ਨਹੀਂ 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 ਹਾਂ ਇਹ ਹੁਣ ਜਾਣਾ ਦਾ ਪੈਣਾ ਹੀ ਆ ਜਾਣਾ ਤਾਂ ਪੈਣਾ ਹੀ ਆ ਇਹ ਹੁਣ ਹੈਂਡਲ ਤੇ ਬਹਿ ਜਾ ਬਿਮਾਰੀ ਪੈਣੀ ਇੰਨੀ ਭਾਰੀ ਚੀਜ਼ ਬਿਠਾ ਕੇ ਹੈਂਡਲ ਤੇ ਹੈਂਡਲ ਬਿੰਗਾ ਕਰਨਾ ਚੱਲ ਇੱਦਾਂ ਕਰ ਹਾਂ ਛੱਡ ਆਪਾਂ ਮੋਟਰਸਾਈਕਲ ਛੱਡ ਦਿੰਦੇ ਆ ਮੈਂ ਚੱਲ ਚਲੀਏ ਜਾਣਾ ਤਾਂ ਪਹਿਲਾਂ ਆਪਾਂ ਟਰੱਕ ਲੈ ਗਏ ਟਰੱਕ ਲੈ ਜੋ ਮਰਜ਼ੀ ਲੈ ਸਟਾਰਟ ਫਿਰ ਚੱਲ ਚਲੀਏ ਉਹ ਬਾਰੀ ਖੋਲ ਕੇ ਬਾਹੇ ਗੁਰੂ ਬੋਲ ਕੇ ਬਾਰੀ ਖੋਲ ਕੇ ਬਾਹੇ ਗੁਰੂ ਬੋਲ ਕੇ ਨੀ ਸੀਟੇ ਉੱਤੇ ਬੈਠਾ ਬੱਲੀਏ ਮਮਨ ਨੇ ਅੱਖ ਰੱਖ ਤੇ
ਮਾਰੀ ਬਣੇ ਮਰ ਲੱਗਾ ਥੱਲੇ ਆ ਕੇ ਨਹੀਂ ਨਹੀਂ ਆ ਗਿਆ ਮੇਰਾ ਘਰ ਹਾਏ ਮੈਂ ਡਾਕਟਰ ਜੀ ਮੈਂ ਮਰ ਗਈ ਏ ਕਾਂਸੋ ਸਾਰੀਏ ਤੂੰ ਕਾਹਨੂੰ ਮਰੀ ਜਾਂਦੇ ਇੱਕ ਡਾਕਟਰ ਹੀ ਮਰ ਗਿਆ ਚੁੱਲੇ ਜਾਣੇ ਤੇਰਾ ਪੇਸ਼ੈਂਟ ਆ ਉਹਨੂੰ ਠੀਕ ਕਰਾ ਕੇ ਮੈਂ ਡਾਕਟਰ ਜੀ ਮੈਂ ਮਰ ਗਈ ਮਰ ਗਈ ਡਾਕਟਰ ਜੀ ਮੈਂ ਮਰ ਗਈ ਆ ਹੁੰਦਾ ਮੈਂ ਜਦ ਮੇਰੇ ਦਰਦ ਬਹੁਤ ਹੁੰਦਾ ਨਾ ਸਾਲੇ ਪੁੱਠੇ ਕੰਮ ਕਰਿਆ ਕਰੋ मेरी गल सुन की होया एक बारी होर हाथ लाई माड़ा जिहा सख्त होया बेटे का तेन बीमारी मैंने तो डेकना मेरी गल सुन ठीक किता हो गई है बीमारी समझ ली क्या बीमारी है समझ ली बीमारी इनू पा गल्ला च अच्छा इनू गल्ला च पा ला हां इने टीका लाना पैणा टीका ओए टीका हां जी मैं डॉक्टर जी मैं कभी टीका नहीं लगाया ए तो लगाना ही पैणा बीमारी मैंने टीका लाउन लगा का पेंचर लाउन लगा इथे नहीं मैं टीका लाउन लगे गल सुन ला मेरी मैनू गल्ला च पौनी है गल्ला च पा तू टीका छेती ला दिए दे ऐदा कर इहनू वाला गल्ला जा मैं कहना एक दो तीन हां टीके ने अपना काम आपे कर जाना चल ठीक है मेनू गल्ला च पौनी बाबे ने मेला दिखानी इहनू मैं नहीं मेरी गल सुन भाभी हां आ देना संगत किन्ना सत अज के पीरन दरबार ते आईया है किन्नी रौनक लगी हो आ किन्नी रौनक लगी हो आज ता आहो मेरे बजे होई पई आज सही गल आ मेरी गल सुन हां ओ सामने दे टेंट किन्ना सोणा लगया है आहो किन्ना सोणा टेंट लगाया बीमारी पेने ला दे टीका हुण नावा सो आज लैण मेंटे नहीं बणदी है जी नावा जल्दी ला दो ए एक हाय डेढ़ दो ढाई पौने तीन बीमारी मैंने तेरे कहन का मतलब की आ मेरा मत नहीं आने ने 5 किलो दूध दिया करना 5 किलो दूध हां जी मैं तो भी 5 किलो दूध की करना है की करना की करूंगी एदा ऐसा करे बस 2.5 किलो पी लियो अच्छा 2.5 किलो डेयरी च मार लियो मेरी गल सुन बदिया वो ठीक कर दे सुन गया
टीका तो आहो और दोबारा टीका लाना पड़ा फिर दोबारा टीका फिर लाना पड़ा चल ला दे ला दे